ਲੋਕ ਸਭਾ ਚੋਣਾਂ ਕਾਂਗਰਸ 5 ਸਾਲਾਂ ਵਿੱਚ ਚੋਟੀ ਤੇ ਪੁੱਜੀ ਭਾਜਪਾ ਨੂੰ 30 ਸਾਲਾਂ ਬਾਅਦ ਸਭ ਤੋਂ ਵੱਧ ਸੀਟਾਂ ਮਿਲੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ ਵੱਧ ਸੀਟਾਂ ਦੀ। ਕਾਂਗਰਸ ਦੀ ਗੱਲ ਕਰੀਏ, 1957 ਦੇ ਵਿੱਚ 92%, 403 ਵਿੱਚੋਂ 371 ਸੀਟਾਂ ਜਿੱਤੀਆਂ ਕਾਰਨ ਨਹਿਰੂ ਦੀ ਅਗਵਾਈ ਰਿਹਾ। ਭਾਜਪਾ 2014 ਦੇ ਵਿੱਚ 52%, 543 ਦੇ ਵਿੱਚੋਂ 282 ਸੀਟਾਂ ਜਿੱਤੀਆਂ ਕਾਰਨ ਮੋਦੀ ਲਹਿਰ। ਜਨਤਾ ਪਾਰਟੀ 1977 ਦੇ ਵਿੱਚ 54%, 543 ਦੇ ਵਿੱਚੋਂ 295 ਸੀਟਾਂ ਜਿੱਤੀਆਂ ਦੇ ਕਾਰਨ ਐਮਰਜੈਂਸੀ ਵਿਰੋਧੀ ਲਹਿਰ ਰਹੀ। ਜਨਤਾ ਦਲ 1999, 26%, 543 ਦੇ ਵਿੱਚੋਂ 143 ਸੀਟਾਂ ਜਿੱਤੀਆਂ ਦੇ ਕਾਰਨ ਬੋਫੋਰਸ ਘੁਟਾਲਾ ਚੋਣ ਮੁੱਦਾ ਰਿਹਾ। ਹੁਣ ਗੱਲ ਕਰਦੇ ਹਾਂ ਵੱਖ ਵੱਖ ਪਾਰਟੀਆਂ ਵੱਲੋਂ ਸਭ ਤੋਂ ਘੱਟ ਸੀਟਾਂ ਕਿਸ ਸਮੇਂ ਜਿੱਤੀਆਂ। ਕਾਂਗਰਸ 2014 ਦੇ ਵਿੱਚ 9%, 543 ਦੇ ਵਿੱਚੋਂ 44 ਸੀਟਾਂ ਜਿੱਤੀਆਂ ਕਾਰਨ ਇਸ ਵਿੱਚ ਮੋਦੀ ਲਹਿਰ ਰਹੀ। ਭਾਜਪਾ 1984, 0.3%, 543 ਦੇ ਵਿੱਚੋਂ 2 ਸੀਟਾਂ ਜਿੱਤੀਆਂ ਤੇ ਕਾਰਨ ਪਾਰਟੀ ਦੀ ਪਹਿਲੀ ਚੋਣ ਰਹੀ। ਜਨਤਾ ਪਾਰਟੀ 1996, 1999, 2004 ਕੋਈ ਵੀ ਸੀਟ ਨਹੀਂ ਮਿਲੀ, ਕਾਰਨ ਪਾਰਟੀ 1980 ਵਿੱਚ ਟੁੱਟ ਗਈ ਸੀ, ਬਾਅਦ ਵਿੱਚ ਕੋਈ ਵਜੂਦ ਨਹੀਂ ਰਿਹਾ। ਜਨਤਾ ਦਲ 1998, 1%, 543 ਦੇ ਵਿੱਚੋਂ 6 ਸੀਟਾਂ ਜਿੱਤੀਆਂ ਤੇ ਕਾਰਨ 1990 ਤੋਂ ਲੈ ਕੇ 1998 ਤੱਕ ਕਈ ਵਾਰ ਖਿਲਰੀ ਜਨਤਾ ਦਲ ਰਹੀ। ਸੋ ਇਹ ਤਾਂ ਸੀ ਲੋਕ ਸਭਾ ਚੋਣਾਂ ਦੇ ਬਾਰੇ ਦੇ ਵਿੱਚ ਦਿਲਚਸਪ ਜਾਣਕਾਰੀ। ਵਧੇਰੇ ਖਬਰਾਂ ਅਤੇ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।